ਮੋਗਾ ਸਿੱਧੂ ਸਪੋਰਟਸ ਟਰੱਸਟ ਵੱਲੋਂ 21 ਵਾਰ ਖੇਡ ਮੇਲਾ ਸਪੈਸ਼ਲੀ ਹਾਕੀ ਮੈਚਿਸ ਦਾ ਕਰਾਇਆ ਜਾ ਰਿਹਾ, ਜਿਹਦੇ ਵਿੱਚ 12 ਟੀਮਾਂ ਨੇ ਇਸ ਵਾਰ ਸ਼ਿਰਕਤ ਕੀਤਾ, ਜਿਸ 'ਚੋਂ 8 ਬੋਆਇਜ਼ ਦੀਆਂ ਸੀਗੀਆਂ ਐਂਡ 4 ਲੜਕੀਆਂ ਦੀਆਂ ਸੀਗੀਆਂ। ਅੱਜ ਫਾਈਨਲ ਮੈਚ ਇਸ ਵਕਤ ਹੋ ਰਿਹਾ। ਇਹ ਟੂਰਨਾਮੈਂਟ ਦੀ ਸੇਵਾ ਸਾਡਾ ਟਰੱਸਟ ਆਪਣੇ ਟਰੱਸਟੀਜ਼ ਦੀ ਹੈਲਪ ਦੇ ਨਾਲ ਅਤੇ ਲੋਕਾਂ ਦੇ ਸਹਿਯੋਗ ਅਤੇ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਕਰਾਇਆ ਜਾ ਰਿਹਾ ਹਰ ਸਾਲ। ਸਰਦਾਰ ਮਲਕੀਤ ਸਿੰਘ ਸਿੱਧੂ ਅਕਾਲੀ ਦਲ ਤੋਂ ਰਹੇ ਨੇ, ਪਰ ਇੱਕ ਪ੍ਰਥਾ ਰਹੀ ਆ ਉਹਨਾਂ ਨੇ ਵੀ ਹਮੇਸ਼ਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਪ੍ਰਥਾ ਰੱਖੀ ਆ, ਔਰ ਉਸ ਪ੍ਰਥਾ ਨੂੰ ਅੱਗੇ ਵਧਾਉਂਦਿਆਂ ਦੋਨੇ ਹੀ ਮੇਰੇ ਭਰਾ ਉਸ ਪ੍ਰਥਾ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਜ ਵੀ ਸਿਆਸਤ ਤੋਂ ਦੂਰ ਰੱਖ ਕੇ ਇਸ ਟੂਰਨਾਮੈਂਟ ਨੂੰ ਸਿਰਫ ਨੌਜਵਾਨਾਂ ਨੂੰ ਅਗਾਂਹ ਵਧੂ ਸੋਚ ਵਾਲੇ ਬਣਾਉਣ ਲਈ, ਨਸ਼ਿਆਂ ਤੋਂ ਮੁਕਤ ਕਰਨ ਲਈ ਔਰ ਖੇਡਾਂ ਨੂੰ ਸਮਰਪਿਤ ਇਹ ਟੂਰਨਾਮੈਂਟ ਹੈ। ਸਾਰੇ ਸੱਜਣ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਮੇਰੀ ਟੀਮ ਫਸਟ ਆਈ ਹੈ। ਸਾਰਿਆਂ ਨੇ ਬਹੁਤ ਹੀ ਜ਼ੋਰ ਲਾਇਆ, ਰਲ ਮਿਲ ਕੇ ਖੇਡੇ ਸਾਰੇ, ਬਹੁਤ ਹੀ ਵਧੀਆ ਖੇਡੇ। ਮੈਨੂੰ ਬਹੁਤ ਖੁਸ਼ੀ। ਨੌਜਵਾਨਾਂ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਵੀ ਵੱਧ ਤੋਂ ਵੱਧ ਨਸ਼ੇ, ਵੱਧ ਤੋਂ ਵੱਧ ਪਲੇਅਰ ਬਣਾਉਣ, ਵੀ ਨਸ਼ੇ ਛੱਡੋ ਅਤੇ ਮਤਲਬ ਕਿ ਖੇਡ ਵੱਲ ਜਾਓ। ਜਾਗਤੀ ਲੈਣ ਲਈ ਮੋਗਾ ਤੋਂ ਨਵੀਨ ਸਿੰਗਲਾ ਦੇ ਨਾਲ ਲਛਮਣਜੀਤ ਸਿੰਘ ਪੁਰਬਾ ਦੀ ਰਿਪੋਰਟ।